ਇੱਥੇ ਬਹੁਤ ਹੀ ਸਤਿਕਾਰਯੋਗ ਮੇਰੇ ਨਾਲ ਆਏ ਸੰਜੇ ਸਿੰਘ ਜੀ ਜਿਹੜੇ ਮੈਂਬਰ ਨੇ ਪੋਲੀਟੀਕਲ ਅਫੇਅਰਸ ਆਮ ਆਦਮੀ ਪਾਰਟੀ ਦੇ ਨੈਸ਼ਨਲ ਸਪੋਕਸਪਰਸਨ ਨੇ ਅਤੇ ਇੰਚਾਰਜ ਨੇ ਪੋਲੀਟੀਕਲ ਅਫੇਅਰਸ ਪੰਜਾਬ ਹਿਮਾਚਲ ਪ੍ਰਦੇਸ਼ ਅਤੇ ਉੱਤਰ ਪ੍ਰਦੇਸ਼ ਮੇਰੇ ਨਾਲ ਆਏ ਆਸ਼ੂਤੋਸ਼ ਜੀ ਜਿਹੜੇ ਨੈਸ਼ਨਲ ਸਪੋਕਸਪਰਸਨ ਨੇ ਆਮ ਆਦਮੀ ਪਾਰਟੀ ਦੇ ਜਿਹੜੇ ਪ੍ਰਭਾਰੀ ਹਨ ਅਤੇ ਜਿਹੜੇ ਬਹੁਤ ਸੀਨੀਅਰ ਜਰਨਲਿਸਟ ਰਹਿ ਚੁੱਕੇ ਹਨ ਜਿਨ੍ਹਾਂ ਨੇ ਦਿੱਲੀ ਤੋਂ ਇਲੈਕਸ਼ਨ ਲੜੀ ਅਤੇ ਜਿਹੜੇ ਆਮ ਆਦਮੀ ਪਾਰਟੀ ਦਿੱਲੀ ਦੇ ਪ੍ਰਧਾਨ ਵੀ ਰਹਿ ਚੁੱਕੇ ਹਨ ਅਤੇ ਜਿੰਨੇ ਵੀ ਇੱਥੇ ਮੇਰੇ ਬਜ਼ੁਰਗ ਮਾਤਾਵਾਂ ਭੈਣਾਂ ਬੱਚੇ ਇੱਥੇ ਆਏ ਨੇ ਕੈਲਗਰੀ 'ਚ ਆਮ ਆਦਮੀ ਪਾਰਟੀ ਦੀ ਸਪੋਰਟ ਵਾਸਤੇ ਵਿਚਾਰ ਵਟਾਂਦਰੇ ਵਾਸਤੇ ਅਤੇ ਕਿਵੇਂ ਆਪਾਂ ਇਸ ਪਾਰਟੀ ਨੂੰ ਅੱਗੇ ਲੈ ਕੇ ਜਾਣਾ ਹੈ ਸਾਰਿਆਂ ਨੂੰ ਜੀ ਫਤਿਹ ਪ੍ਰਵਾਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਾਂ ਇੱਕ ਦੂਜੇ ਨੂੰ ਅੱਗੇ ਤਾਂ ਆਪਾਂ ਅੱਗੇ ਤਾਂ ਜੀ ਇੱਕ ਦੂਜੇ ਨੂੰ ਫੇਸਬੁੱਕ ਤੇ ਵਟਸਐਪ ਤੇ ਹੀ ਜ਼ਿਆਦਾ ਦੇਖਦੇ ਮਿਲਦੇ ਰਹੇ ਹਾਂ ਤੇ ਅੱਜ ਬਹੁਤ ਖੁਸ਼ੀ ਹੋ ਰਹੀ ਹੈ ਇੱਥੇ ਆ ਕੇ ਸਾਰਿਆਂ ਨੂੰ ਸਾਰੇ ਵਿਚਰਨ ਦੀ ਕਿਉਂਕਿ ਮੈਂ ਵੀ ਇਲੈਕਸ਼ਨ ਲੜਿਆ ਸੀਗਾ ਸ਼੍ਰੀ ਅਨੰਦਪੁਰ ਸਾਹਿਬ ਤੋਂ ਅਤੇ ਬਹੁਤ ਪਿਆਰ ਐਨ ਆਰ ਆਈਸ ਨੇ ਕੀਤਾ ਕੈਨੇਡਾ 'ਚ ਬੈਠੇ ਜਿੰਨੇ ਵੀ ਪੰਜਾਬੀ ਨੇ ਜਿੰਨੇ ਵੀ ਇੰਨਾ ਪਿਆਰ ਦਿੱਤਾ ਇੰਨੀ ਉਹਨਾਂ ਨੇ ਉੱਥੇ ਟੈਲੀਫੋਨ ਕਾਲਾਂ ਕਰ ਕਰਕੇ ਮੌਕਾ ਹੀ ਨਹੀਂ ਮਿਲਿਆ ਧੰਨਵਾਦ ਕਰਨ ਦਾ ਸੋ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ ਜੋ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਨੂੰ ਐਨ ਆਰ ਆਈਸ ਨੇ ਇੰਨੀ ਸਪੋਰਟ ਕੀਤੀ ਅਤੇ ਪੰਜਾਬ ਹੀ ਸਮਝਿਆ ਇਸ ਕ੍ਰਾਂਤੀ ਨੂੰ ਬਾਕੀ ਹਿੰਦੁਸਤਾਨ 'ਚ ਤਾਂ ਸ਼ਾਇਦ ਲੋਕਾਂ ਨੂੰ ਉੰਨੀ ਸਮਝ ਨਹੀਂ ਆਈ ਪਰ ਇੱਥੇ ਲੋਕਾਂ ਨੇ ਵੋਟਾਂ ਪਾਈਆਂ ਕਿਉਂਕਿ ਮੈਂ ਵੀ ਕੋਈ ਪੋਲੀਟੀਸ਼ੀਅਨ ਨਹੀਂ ਮੇਰਾ ਕੋਈ ਸਿਆਸੀ ਬੈਕਗ੍ਰਾਊਂਡ ਨਹੀਂ ਮੈਂ ਪੇਸ਼ੇ ਤੋਂ ਵਕੀਲ ਹਾਂ ਮੈਂ ਯੂਕੇ ਤੋਂ ਐਲ ਐਲ ਬੀ ਓਨਰਸ ਦੀ ਪੜ੍ਹਾਈ ਅਤੇ ਬੈਰਿਸਟਰੀ ਦੀ ਪੜ੍ਹਾਈ ਬਾਰਟ ਲਾਅ ਕੀਤੀ ਸੀ 5 ਸਾਲ ਯੂਕੇ ਪੜ੍ਹ ਕੇ ਮੈਂ ਆਪਣੇ ਕੰਟਰੀ ਇੰਡੀਆ ਵਾਪਸ ਗਿਆ ਕਿਉਂਕਿ ਜਦੋਂ ਆਪਾਂ ਬਾਹਰ ਰਹਿੰਦੇ ਹਾਂ ਆਪਾਂ ਨੂੰ ਬਹੁਤ ਪਿਆਰ ਹੋਰ ਵੀ ਆਪਣਾ ਦੇਸ਼ ਦਾ ਪਿਆਰ ਹੁੰਦਾ ਹੈ ਕਿ ਇੱਥੇ ਸਿਸਟਮ ਇੰਨਾ ਚੰਗਾ ਹੈ ਅਤੇ ਕਿਉਂ ਨਹੀਂ ਸਾਡੇ ਦੇਸ਼ 'ਚ ਵੀ ਇਸ ਤਰ੍ਹਾਂ ਦਾ ਹੋ ਸਕਦਾ ਅਤੇ ਇੰਡੀਆ ਜਾ ਕੇ ਮੈਂ ਵੀ ਕੋਸ਼ਿਸ਼ ਸ਼ੁਰੂ ਕਰਤੀ ਆਪਣਾ ਦਸਵੰਡ ਕੱਢਦਾ ਸੀਗਾ ਪਰ ਦੇਖਿਆ ਕਿ ਸਿਸਟਮ ਇੰਨਾ ਖਰਾਬ ਹੋ ਚੁੱਕਾ ਉੱਥੇ ਮੈਂ ਥੱਕ ਹਾਰ ਕੇ ਉੱਥੇ ਪੀ ਆਈ ਐਲਸ ਕਰਨ ਲੱਗ ਗਿਆ ਬਾਦਲ ਦੇ ਟਰਾਂਸਪੋਰਟ ਦੀ ਪੀ ਆਈ ਕੀਤੀ ਸੁਖਬੀਰ ਮੰਨ ਦਾ ਨਹੀਂ ਸੀ ਪੀ ਡੀ ਸੀ ਚੈਨਲ ਉਹਦਾ ਜਿਹੜਾ ਆਪਾਂ ਦੇਖਦੇ ਹਾਂ ਇਹ ਬਾਦਲ ਦਾ ਪੀ ਡੀ ਸੀ ਚੈਨਲ ਆ ਸੁਖਬੀਰ ਦਾ ਔਰਬਿਟ ਰਿਜ਼ੋਰਟ ਕੰਪਨੀ ਉਹਦੀ ਅੱਗੇ 90% ਸਬਸਿਡੀ ਗੁਰਬਾਜ਼ ਮੀਡੀਆ ਗੁਰਬਾਜ਼ ਮੀਡੀਆ ਦਾ ਜੀ ਨੈਕਸਟ ਅਤੇ ਜੀ ਨੈਕਸਟ ਦਾ ਪੀ ਡੀ ਸੀ ਚੈਨਲ ਇੱਕ ਪ੍ਰੋਪੇਗੰਡਾ ਮਸ਼ੀਨਰੀ ਇਹਨਾਂ ਦੀ ਉਹਦੇ ਨਾਲ ਇਹ ਪ੍ਰੋਪੇਗੰਡਾ ਕਰਦੇ ਆਪਣਾ ਅਤੇ ਉਹ ਵੀ ਫਿਰ ਸੁਖਬੀਰ ਤੋਂ ਮੰਨਣਾ ਪਿਆ ਇੱਕ ਵਾਰੀ ਇਹਨੇ ਇੱਕ ਲਿਸਟ ਕੱਢਤੀ ਸੀਗੀ ਕਿ ਡੈਪਟੀ ਕਮਿਸ਼ਨਰ ਨੂੰ ਕੋਈ ਅਕਾਲੀ ਵਰਕਰਾਂ ਨੂੰ ਖੁਸ਼ ਰੱਖੋ ਮਤਲਬ ਇਸ ਤਰ੍ਹਾਂ ਦੀਆਂ ਗੱਲਾਂ ਬਾਅਦ 'ਚ ਉਹਨਾਂ ਨੂੰ ਮਾਫੀ ਮੰਗਣੀ ਪਈ ਤੋ ਉਹ ਮੈਨੂੰ ਇਹ ਸੀਗਾ ਕਿ ਕੋਰਟਸ ਦੇ ਥਰੂ ਮੈਂ ਜੋ ਵੀ ਆਪਣਾ ਯੋਗਦਾਨ ਦੇ ਸਕਾਂ ਲੋਕਾਂ ਨੇ ਪਰ ਦੁਬਾਰਾ ਇਹਨਾਂ ਨੂੰ ਵੋਟਾਂ ਪਾ ਦਿੱਤੀਆਂ ਸੰਘਰਸ਼ ਜਾਰੀ ਰਿਹਾ ਉੱਥੇ ਨਰਿੰਦਰ ਮੋਦੀ ਕਿਸਾਨਾਂ ਨੂੰ ਬਾਹਰ ਕੱਢ ਰਿਹਾ ਸੀਗਾ ਗੁਜਰਾਤ ਤੋਂ ਪੰਜਾਬੀ ਕਿਸਾਨਾਂ ਨੂੰ ਉਹ ਵੀ ਜਿੰਨੇ ਯੋਗੇ ਸੀਗੇ ਲੜਾਈ ਲੜੀ ਅਤੇ ਇਹ ਲੜਦੇ ਲੜਦੇ ਮੈਨੂੰ ਇੱਕ ਵਾਰੀ ਕਿਸੇ ਨੇ ਕਿਹਾ ਵੀ ਸੀ 2011 'ਚ ਕਿ ਤੁਸੀਂ ਪੋਲੀਟਿਕਸ ਜੁਆਇਨ ਕਰ ਲਓ ਪਰ ਮੈਂ ਦੇਖਿਆ ਕਿ ਜਿਹੜਾ ਵਿਵਸਥਾ ਇੰਨੀ ਮਾੜੀ ਉੱਥੇ ਕਿ ਪੈਸੇ ਤੋਂ ਬਗੈਰ ਸ਼ਰਾਬ ਤੋਂ ਬਗੈਰ ਉੱਥੇ ਕੋਈ ਪੋਲੀਟਿਕਸ ਨਹੀਂ ਹੋ ਰਹੀ ਸੀ ਭਾਵੇਂ ਕੋਈ ਪਾਰਟੀ ਹੋਵੇ ਭਾਵੇਂ ਕਾਂਗਰਸ ਹੋਵੇ ਭਾਵੇਂ ਬੀਜੇਪੀ ਹੋਵੇ ਭਾਵੇਂ ਅਕਾਲੀ ਦਲ ਹੋਵੇ ਸਮਾਜਵਾਦੀ ਪਾਰਟੀ ਜਿੰਨੀਆਂ ਵੀ ਪਾਰਟੀਆਂ ਹੈਗੀਆਂ ਸਭ ਪੈਸਾ ਸ਼ਰਾਬ ਦੇ ਨਾਲ ਹੋਰ ਹੀ ਤਰ੍ਹਾਂ ਦੇ ਲੈਂਡ ਮਾਫੀਆ ਟਾਈਪ ਲੋਕ ਉਹੀ ਕੀ ਕਹਿੰਦੇ ਸਾਰਾ ਕੁਝ ਚਲਾ ਰਹੇ ਸੀਗੇ ਅਤੇ ਦੇਸ਼ ਦੀ ਜੋ ਹਾਲਤ ਆ ਉਹ ਉਹਨਾਂ ਨੇ ਕਰਤਿਆ ਮੈਨੂੰ ਕਿਸੇ ਨੇ ਕਿਹਾ ਮੈਂ ਕਿਹਾ ਨੋ ਮਾਈ ਕੋਰਟ ਇਜ਼ ਮਾਈ ਪਾਰਲੀਮੈਂਟ ਮੈਂ ਕੋਸ਼ਿਸ਼ ਕੀਤੀ ਕਿ ਜਿੰਨਾ ਵੀ ਮੈਂ ਕੋਰਟ 'ਚ ਕਰ ਸਕਾਂ ਬਟ ਅਨਫੋਰਚੁਨੇਟਲੀ ਕੋਰਟਸ ਦਾ ਵੀ ਜਿਹੜੇ ਵੀਲਸ ਆਫ ਜਸਟਿਸ ਦੇ ਗ੍ਰਾਈਂਡ ਵੈਰੀ ਸਲੋਲੀ ਇਨ ਇੰਡੀਆ ਇਹ ਕਰਦੇ ਕਰਦੇ 2013 ਦੇ ਵਿੱਚ ਆਪਾਂ ਸਾਰਿਆਂ ਨੇ ਦੇਖਿਆ ਵੀ ਕਿਵੇਂ ਇੱਕ ਯੁੱਗ ਪੁਰਸ਼ ਅਰਵਿੰਦ ਕੇਜਰੀਵਾਲ ਜੀ ਹਿੰਦੁਸਤਾਨ ਦੇ ਸਿਆਸੀ ਨਕਸ਼ੇ 'ਚ ਸਾਹਮਣੇ ਆਏ ਜਿਨ੍ਹਾਂ ਨੇ ਬਿਨਾਂ ਸ਼ਰਾਬ ਵੰਡੇ ਬਿਨਾਂ ਉਹ ਜਿਹੜੀਆਂ ਮੈਡ ਪ੍ਰੈਕਟਿਸਿਸ ਉਹ ਕਰਕੇ ਬਿਲਕੁਲ ਇਮਾਨਦਾਰੀ ਦੇ ਨਾਲ ਇੱਕ ਯੁੱਗ ਪੁਰਸ਼ ਨੇ ਉੱਥੇ ਇੱਕ ਇਲੈਕਸ਼ਨ 'ਚ ਇੰਨਾ ਵਧੀਆ ਪਰਫੋਰਮ ਕੀਤਾ ਕਿਉਂਕਿ ਇਹਨਾਂ ਸਾਰਿਆਂ ਨੇ ਦੇਖਿਆ ਕਿੱਡੀ ਵੱਡੀ ਗੱਲ ਸਾਨੂੰ ਸਾਰਿਆਂ ਨੂੰ ਬਹੁਤ ਪ੍ਰੇਰਣਾ ਮਿਲੀ ਮੈਂ ਵੀ ਗੁਜਰਾਤ ਕਿਸਾਨਾਂ ਵਾਸਤੇ ਲੜ ਰਿਹਾ ਸੀਗਾ ਕੋਈ ਪਾਰਟੀ ਕੋਈ ਪੋਲੀਟੀਸ਼ੀਅਨ ਕੋਈ ਅੱਗੇ ਨਹੀਂ ਆਇਆ ਮੋਦੀ ਦੇ ਖਿਲਾਫ ਅਰਵਿੰਦ ਕੇਜਰੀਵਾਲ ਜੀ ਗੁਜਰਾਤ ਗਏ ਉੱਥੇ ਕਿਸਾਨਾਂ ਦੀ ਗੱਲ ਸੁਣੀ ਅਤੇ ਆ ਕੇ ਉਹਨਾਂ ਨੇ ਦਿੱਲੀ 'ਚ ਉਹਨਾਂ ਵਾਸਤੇ ਆਵਾਜ਼ ਬੁਲੰਦ ਕੀਤੀ ਸੋ ਫਿਰ ਐਡੀ ਇੱਕ ਸੱਚੀ ਸੁੱਚੀ ਸ਼ਖਸੀਅਤ ਉਹਨਾਂ ਦੀ ਪਾਰਟੀ ਜਿਹਦੇ ਉਹ ਪ੍ਰਧਾਨ ਸੀ ਉੱਥੋਂ ਇਲੈਕਸ਼ਨ ਲੜਨ ਦਾ ਮੌਕਾ ਮਿਲਿਆ ਅਤੇ ਇਲੈਕਸ਼ਨ ਲੜੀ ਉਸ ਤੋਂ ਬਾਅਦ ਮੈਂ ਪੋਲੀਟੀਕਲ ਪ੍ਰੋਸੈਸ ਦੇ ਵਿੱਚ ਆ ਗਿਆ ਅਤੇ ਹੁਣ
जो बहुत क्लोजली सारा कुछ देख रहे हैं कि कितना ज्यादा सिस्टम खराब हो चुका है। पर आम आदमी पार्टी इज द लास्ट वे ऑफ होप। आपने देखा कि पंजाब दे विच हुण की होया पिछले महीने किवें उठे, जिवें हुणे मैं नाटक भी देखा किवें इन्होंने इस ड्रामे च भी वो जिहड़ी गल सी वो दसी कि किवें अनफॉर्चुनेटली धर्म के उपर किवें गिफ्ट ये सब कर रहे हैं जिहड़े पॉलिटिशियन हैगे ने, क्योंकि सिख धर्म इन्ना एक महान धर्म आ। ऐसी की प्यारी शिंगारी है सिखी, तू खंडे दी तारो न्यारी ते तिखी, तू दुखां च जम्मी ते सूरां ते खेडी, ना झल्ली मुसीबत किसे तेरी टेढ़ी, तू शेरां दी जननी ते वीरां दी मां है, इसे लई उच्चा तेरा सब तो ना। सो एक इस तरह दे असीं धर्म नूं बिलोंग करदे हां। साडा जन्म होया एक यूनीवर्सल धर्म जिन्हें यह कहा कि मानवता की गल की कि मानवता की सेवा लई सब कुछ करो। मेरे पिता जी सवेरे उठ के असं उदास करते सीगे मानवता की सेवा लई सच्चे पातशाह वाहिगुरु जी बुद्धि बल ते उत्साह बख्शना। पर हुण की हो रहा है कि अनफॉर्चुनेटली पंजाब च देख लो, तुसीं हिंदुस्तान च देख लो, इत्थे नरेंद्र मोदी की कर रहा है कि किवें ये बिल्कुल अपनिया निजी राजनीति करने वास्ते ये सारा कुछ की कहते इस तरह सिस्टम करके दे आर ब्रेकिंग द कंट्री। पंजाब का जो हाल किया जो सानू सारे दे नाल इन्होंने किया कि वे उत्थे गोलियां चलाईयां गईयां, पंजाब दे विच उत्थे गोलियां चलियां जिवें जलियांवाला बाग दे विच जनरल डायर दे हुकम नाल गोलियां चलियां सीगियां, उस तरह ही अज उत्थे गोलियां चलियां, पिछले महीने गोलियां चलियां। पंजाब दे विच सुखबीर बादल ने, प्रकाश सिंह बादल ने, उत्थे इन्होंने एक डीजीपी लाया होया है सुमेर सिंह सैनी। आपां सारे बैठे हां, आपां सुमेर सिंह सैनी दा पिछोकड़ जानदे हां कि सुमेर सिंह सैनी ने किन्नियां ह्यूमन राइट्स वायलेशंस कीतियां सीगियां, की कुछ उन्हें उदों कीता सीगा दुनिया जानदी आ। इस वेले आल्सो ही इज फेसिंग अ क्रिमिनल केस चल रहा उहदे उप्पर, ही हैज बीन चार्जशीटेड बाय सीबीआई इन अ मर्डर केस। इहो जे बंदे नूं चक के उहने डीजीपी लाए होए सी पिछले 7-8 सालां तों। सो कोई रेजिग्नेशन नहीं हजे तक आया, कोई कुछ नहीं होया, सिर्फ उसकी ट्रांसफर हुई है। वेर है साड़ी पार्टी की डिमांड हैगी है कि सुखबीर सिंह बादल होम मिनिस्टर डेप्टी चीफ मिनिस्टर शुड इमीडिएटली रिजाइन, पर इस तरह का कोई भी अस्तीफा नहीं होया। सो ये जो सिस्टम है ये सिस्टम आप बदलना है। संजय सिंह जी इन्होंने बहुत कुछ सीखा है, मेरे पोलिटिकल गुरु भी ने इन्होंने एक गल दसी कहते असी जो मैं अरविंद केजरीवाल जी मनीष सिसोदिया जी एक होर मैं गल दस दिना कि ये आम आदमी पार्टी के पहले मैंबर से संजय सिंह जी इन्हों वास्ते जोरदार ताली ये दसते कि असी ये पार्टी जी है ये असी इतने पॉलिटिक्स करने वास्ते नहीं बनाई। आम आदमी पार्टी जी है ये राजनीति करने वास्ते नहीं बनाई, ये राजनीति पॉलिटिक्स बदलन वास्ते बनाई आ इन्होंने अरविंद केजरीवाल जी मनीष सिसोदिया जी ने, क्योंकि ये लास्ट मौका हैगा कि इन्होंने भी सीगा कि इस तरह ही हो सकता है कि सब खत्म हो जाए। आशुतोष जी आए ने, आशुतोष जी कौन ने? आशुतोष जी एक बहुत सीनियर जर्नलिस्ट सी कंट्री के एडिटर सी IBN 7 के। इन्होंने भी जो देखा कि ये एक एड्डी वड्डी क्रांतिकारी मूवमेंट आई है, इन्होंने भी अपनी एड्डी वड्डी नौकरी लखां करोड़ों के पैकेज सीगे वो छड्ड के इन्होंने इस मूवमेंट नूं ज्वाइन किया। सो गल है कि यह सा लास्ट मौका इतने परिवार बैठे हैं, संजय सिंह जी दसनगे कि किन्ने किन्ने किवें किवें परिवार, क्योंकि गल पता की है कि जो एको ही परिवार के सारे मंत्री बन जाए, एको ही परिवार बादल को तो ढाबा भी नहीं जो राजनीति आया, हूँ अच्छे को 5-star होटल हो गए, हूँ वो को हवाई जहाजा की कंपनियां हो गई, हूँ वो को टीवी चैनल हो गए। हूँ इवें गलत तथ्यों से गल करता है, मैं बेनामी प्रॉपर्टी की नहीं गल करता, मैं नामी प्रॉपर्टी की गल कर रहा, मैं सारिया चीज़ा जुम्मेवारी के नाल एज अ वकील मैं कोर्ट भी रखी है उन्हें सारिया एनुअल रिटर्न डायरेक्टर रिपोर्ट्स, क्योंकि इन्ना कुछ सारा ही वो बंदा जो ये कहे ना आ भी मैं खा जा, आ भी मेरा, वो भी मेरा, आ भी मेरा, मेरा धी, मेरा पुत, मेरे पुत का सारा, वो कभी आम आदमी बारे नहीं सोच सकता। ये पॉलिटिशियन आर जस्ट ट्रस्टीज, पर ये बिल्कुल उस ट्रस्ट को खाने लग गया तो इन्ना बुरा हाल करता है कि पंजाब जो एक नंबर का सूबा से अज आप पता भी अपना की हाल हो गया। पंजाब के नौजवानों इन्होंने बड़े एक षडयंत्र के तहत इन्होंने नशा से लाता है, क्योंकि इन्होंने पता है कि हर एक नौजवान कितना ना कि शहीद भगत सिंह, कितना ना कि शहीद करतार सिंह साहब वसदा है, पर इन्होंने पता है कि जो नौजवान कोई खड़ा ना हो जाए इन्होंने खिलाफ, क्योंकि जो भी कोई क्रांति आई और नौजवान लेके आए हैं, इस करके षडयंत्र के तहत इन्होंने नौजवानों को नशा से ला रहे हैं। विक्रम अजीत शाह बच्चा बच्चा जानता है कि विक्रम अजीत शाह के आशीर्वाद नाल एक काला गंदा काम नशा का चल रहा है पंजाब। भोले ने शरेआम किया, उन्हें विक्रम अजीत शाह का नाम लिया,
ਚਹਿਲ ਸੀ ਜਗਜੀਤ ਸਿੰਘ ਚਹਿਲ, ਉਹਨੇ ਕਿਹਾ ਕਿ ਮੇਰੀ ਕੈਮੀਕਲ ਦੀ ਜਿਹੜੀ ਫੈਕਟਰੀ ਸੀ ਮੈਨੂੰ ਉੱਪਰੋਂ ਪ੍ਰੈਸ਼ਰ ਸੀ ਵਿਕਰਮ ਜੀਠੀਏ ਦਾ ਕਿ ਜਿਹੜੇ ਇਹ ਤਸਕਰ ਹੈਗੇ ਇਹਨਾਂ ਨੂੰ ਕੈਮੀਕਲਸ ਦਿਓ। ਪਰ ਅੱਜ ਉਹੀ ਵਿਕਰਮ ਜੀਠੀਆ ਜਿਹਦੀ ਥਾਂ ਜੇਲ੍ਹ ਚ ਹੋਣੀ ਚਾਹੀਦੀ ਸੀ, ਹੂ ਸ਼ੁੱਡ ਹੈਵ ਬੀਨ ਬਿਹਾਈਂਡ ਬਾਰਸ, ਹੀ ਇਜ਼ ਸਿਟਿੰਗ ਇਨ ਦੀ ਕੈਬਨਿਟ। ਜਿੱਦਣ ਸਾਡੀ ਸਰਕਾਰ ਆਈ, ਆਮ ਆਦਮੀ ਪਾਰਟੀ ਦੀ ਸਰਕਾਰ ਆਈ, ਉਦੋਂ ਅਸੀਂ ਡੈਫੀਨੇਟਲੀ ਜਿਹੜੇ ਵਿਕਟਮਸ ਹੈਗੇ ਉਹਨਾਂ ਦੀ ਰੀਹੈਬਿਲਿਟੇਸ਼ਨ ਕਰਨੀ ਆ, ਸਾਰਾ ਕੁਝ ਕਰਨਾ ਹੈ। ਪਰ ਸਭ ਤੋਂ ਜਿਹੜੇ ਉੱਪਰ ਵੱਡੇ ਮਗਰਮੱਛ ਬੈਠੇ ਆ, ਵੀ ਵਿਲ ਬ੍ਰਿੰਗ ਦਮ ਟੂ ਜਸਟਿਸ। ਸੰਜੇ ਸਿੰਘ ਜੀ ਹਰ ਸਟੇਜ ਤੇ ਕਹਿੰਦੇ ਆ ਇਹ ਸਾਡੀ ਪਾਰਟੀ ਦੀ ਸਟੈਂਡ ਹੈਗਾ। ਜਿੱਦਣ ਆਮ ਆਦਮੀ ਪਾਰਟੀ ਦੀ ਸਰਕਾਰ ਆਈ, ਵਿਕਟਮ ਮਜੀਠੀਏ ਨੂੰ ਕਾਲਰ ਤੋਂ ਫੜ ਕੇ ਜੇਲ੍ਹ ਪਾਉ। ਗੱਲਾਂ ਬਹੁਤ ਕਰਨ ਨੂੰ ਨੇ, ਸਮਾਂ ਬਹੁਤ ਹੋ ਗਿਆ। ਆਪਾਂ ਸੰਜੇ ਸਿੰਘ ਜੀ ਦੇ ਵਿਚਾਰ ਸੁਣਨੇ, ਆਸ਼ੂਤੋਸ਼ ਜੀ ਦੇ ਵਿਚਾਰ ਸੁਣਨੇ ਆ। ਮੈਂ ਦੋ ਤਿੰਨ ਗੱਲਾਂ ਕਹਿ ਕੇ ਆਪ ਜੀ ਤੋਂ ਅੱਗੇ ਲਊਂਗਾ, ਕਿਉਂਕਿ ਗੱਲ ਇਹ ਆ ਕਿ ਹੁਣ ਇਹਨਾਂ ਨੇ ਹਰ ਇੱਕ ਕਿਸਮ ਦਾ ਸ਼ਡਿਅੰਤਰ ਕਰਨਾ ਹੈ, ਕਿਉਂਕਿ ਇਹਨਾਂ ਨੂੰ ਪਤਾ ਹੈ ਕਿ 2017 ਦੇ ਵਿੱਚ ਹਮੇਸ਼ਾ ਵਾਸਤੇ ਇੱਕ ਖਤਮ ਹੋਣ ਵਾਲੇ ਆ। ਅਸੀਂ ਸੰਜੇ ਸਿੰਘ ਜੀ ਦੀ ਲੀਡਰਸ਼ਿਪ ਥੱਲੇ ਜਿਹੜੇ ਪੰਜਾਬ ਦੇ ਪ੍ਰਭਾਰੀ ਹਨ, ਅਸੀਂ ਸਾਰੇ ਪੰਜਾਬ ਦੀ ਯਾਤਰਾ ਕੀਤੀ ਮਈ ਦੇ ਮਹੀਨੇ 'ਚ, ਬਹੁਤ ਲੋਕ ਨਾਲ ਜੁੜੇ। ਹੁਣ ਸਪਤੰਬਰ ਦੇ ਵਿੱਚ ਆਪਾਂ ਦੇਖਿਆ ਹੀ ਆ ਕਿ ਕਿਵੇਂ 32 ਰੈਲੀਆਂ ਹੋਈਆਂ ਤੇ ਰਿਕਾਰਡ ਤੋੜ ਲੋਕ ਆਮ ਆਦਮੀ ਪਾਰਟੀ ਦੀਆਂ ਰੈਲੀਆਂ ਤੇ ਆਏ, ਤੇ ਲੰਬੀ ਦੇ ਵਿੱਚ ਤਾਂ ਸਭ ਤੋਂ ਇਤਿਹਾਸਿਕ ਰੈਲੀ ਹੋ ਗਈ, ਬਿਨਾਂ ਕੋਈ ਸ਼ਰਾਬ ਵੰਡੇ, ਬਿਨਾਂ ਕੋਈ ਬੱਸਾਂ, ਬਿਨਾਂ ਲੋਕੀ ਆਪ ਹੀ ਬਸ ਇਨਫੋਰਮੇਸ਼ਨ ਦਿੱਤੀ ਸੀਗੀ, ਲੋਕ ਉੱਥੇ ਆਏ ਤੇ ਐਡੀਆਂ ਐਡੀਆਂ ਰੈਲੀਆਂ। ਹੁਣ ਸਾਰਾ ਪੰਜਾਬ ਆਮ ਆਦਮੀ ਪਾਰਟੀ ਨਾਲ ਜੁੜ ਰਿਹਾ, ਇੱਕ ਨਵੀਂ ਕ੍ਰਾਂਤੀ ਆ ਰਹੀ ਆ ਤੇ ਸਾਰਾ ਪੰਜਾਬ ਉਹਦਾ ਹਿੱਸਾ ਬਣ ਜਾ ਰਿਹਾ। ਮੈਂ ਕੈਨੇਡਾ 'ਚ ਵੀ ਦੇਖਿਆ ਇੱਥੇ ਆ ਕੇ ਕਿ ਕਿਵੇਂ ਅਸੀਂ ਬਹੁਤ, ਮੈਂ ਨਾਂ ਤਾਂ ਲੈਣ ਲੱਗ ਜਾ, ਲਿਸਟ ਬਹੁਤ ਲੰਬੀ ਆ। ਵੈਨਕੂਵਰ 'ਚ ਹੋਏ ਸਰੀ ਦੇ ਵਿੱਚ ਇੰਟਰੈਕਸ਼ਨ ਹੋਏ, ਉਸ ਤੋਂ ਬਾਅਦ ਅਸੀਂ ਕਲੋਨਾ ਗਏ, ਫਿਰ ਪ੍ਰਿੰਸ ਜੋਰਜ ਗਏ, ਅੱਜ ਇੱਥੇ ਆਏ ਹਾਂ, ਟੋਰੋਂਟੋ ਚੱਲੇ, ਬੜੇ ਜਿਵੇਂ ਜਸਕੀਰਤ ਜੀ ਹੈਗੇ ਆ, ਡਾਕਟਰ ਅਨਮੋਲ ਜੀ ਹੈਗੇ ਆ, ਕਿੰਨੇ ਵਾਲੰਟੀਅਰਸ, ਕਿੰਨਾ ਕੁਛ, ਸਾਰਾ ਕੁਛ ਆਪਣਾ ਦਾਅ ਤੇ ਲਾ ਕੇ ਬੈਠੇ ਆ, ਪੰਜਾਬ ਦੇ ਵਿੱਚ ਵੀ ਲਾ ਕੇ ਬੈਠੇ ਆ। ਬਹੁਤ ਬਹੁਤ ਇਹਨਾਂ ਦੇ ਪਰਿਵਾਰਾਂ 'ਚ ਵੀ ਇਹਨਾਂ ਨੂੰ ਬਹੁਤ, ਕਈਆਂ ਨੂੰ ਪ੍ਰੋਬਲਮਸ ਆ ਰਹੀਆਂ, ਬੱਚਿਆਂ ਨੂੰ ਇਗਨੋਰ ਕਰ ਰਹੇ ਆ, ਸਾਰਾ ਕੁਛ ਆਪਣਾ ਲਾਈ ਬੈਠੇ ਆ। ਇਹ ਇੱਥੇ ਪ੍ਰੋਬਲਮਸ ਨੇ, ਪੰਜਾਬ ਦੇ ਵਿੱਚ ਤਾਂ ਪਰਚੇ ਹੋ ਰਹੇ ਆ, ਪਰਚੇ ਹੋ ਰਹੇ ਆ ਸਾਡੇ ਉੱਥੇ ਵਾਲੰਟੀਅਰਸ ਦੇ ਉੱਪਰ, ਦੇ ਆਰ ਟਰਾਇੰਗ ਟੂ ਇੰਟੀਮੀਡੇਟ ਅਸ, ਦੇ ਆਰ ਟਰਾਇੰਗ ਟੂ ਕ੍ਰੀਏਟ ਫੀਅਰ। ਇਹ ਪਰਚੇ ਦੀ ਸਰਕਾਰ ਚੱਲ ਰਹੀ ਆ, ਪਰ ਮੈਂ ਕੀ ਗੱਲ ਕਹਿਣਾ ਹੈ, ਆਪਾਂ ਡਰਨਾ ਨਹੀਂ, ਕਿਉਂਕਿ ਆਪਣੀਆਂ ਕੁਰਬਾਨੀਆਂ ਕੁਛ ਨਹੀਂ, ਇੱਥੇ ਬਹੁਤ ਸਾਡੇ ਸ਼ਹੀਦਾਂ ਨੇ ਕੁਰਬਾਨੀਆਂ ਕੀਤੀਆਂ, ਗਦਰੀ ਬਾਬਿਆਂ ਦੀ ਕੁਰਬਾਨੀਆਂ, ਸ਼ਹੀਦ ਭਗਤ ਸਿੰਘ ਜੀ ਹੋਰਾਂ ਦੀ ਕੁਰਬਾਨੀਆਂ, ਸ਼ਹੀਦ ਕਰਤਾਰ ਸਿੰਘ ਸਰਾਭਾ ਹੋਰਾਂ ਦੀਆਂ ਕੁਰਬਾਨੀਆਂ, ਚੰਦਰ ਸ਼ੇਖਰ ਆਜ਼ਾਦ ਜੀ ਦੀਆਂ, ਖੁਦੀ ਰਾਮ ਬੋਸ ਜੀ ਦੀਆਂ, ਬਹੁਤ ਬਹੁਤ ਇੱਥੇ ਕੁਰਬਾਨੀਆਂ ਹੋਈਆਂ। 35-35 ਸਾਲ ਤੱਕ ਗਦਰੀ ਬਾਬੇ ਜੇਲ੍ਹਾਂ 'ਚ ਰਹਿ ਲਏ, ਸਾਡੀਆਂ ਕੁਛ ਵੀ ਨਹੀਂ ਹੈਗੀਆਂ ਕੁਰਬਾਨੀਆਂ, ਸਭ ਕੁਛ ਲਾ ਦਈਏ। ਆਪਾਂ ਡਰਨਾ ਨਹੀਂ, ਆਪਾਂ, ਕਿਉਂਕਿ ਪੰਜਾਬੀਆਂ ਦਾ ਕਿਰਦਾਰ ਆ, ਨਾ ਆਪਾਂ ਧੱਕਾ ਕਰਨਾ ਹੈ ਤੇ ਨਾ ਆਪਾਂ ਧੱਕਾ ਸਹਿਣਾ ਹੈ। ਹੁਣ ਲਾਈਨਾਂ ਜੋ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਨੇ ਲਿਖੀਆਂ ਸੀ, ਜੋ ਸ਼ਹੀਦ ਭਗਤ ਸਿੰਘ ਜੀ ਉਹਨੂੰ ਮਨਾਇਆ ਕਰਦੇ ਸਨ, ਉਹਨਾਂ ਨੇ ਵੀ ਜੋ ਇਹ ਲੜਾਈਆਂ ਲੜਦੇ ਹੋਣਗੇ ਉਦੋਂ ਇਹ ਉਹ ਲਾਈਨਾਂ ਲਿਖੀਆਂ ਸਨ। ਮੈਂ ਤੁਹਾਡਾ ਸਾਂਝੀਆਂ ਕਰਦਾ ਹਾਂ, ਸੇਵਾ ਦੇਸ਼ ਦੀ ਜ਼ਿੰਦੜੀ ਹੈ, ਬੜੀ ਔਖੀ ਗੱਲਾਂ ਕਰਨੀਆਂ ਢੇਰ ਸੁਖਾਲੀਆਂ ਨੇ, ਜਿਨ੍ਹਾਂ ਦੇਸ਼ ਦੀ ਸੇਵਾ 'ਚ ਪੈਰ ਪਾਇਆ ਉਹਨਾਂ ਲੱਖਾਂ ਮੁਸੀਬਤਾਂ ਚੱਲੀਆਂ। ਆਪਾਂ ਸਭ ਕੁਛ ਲਾ ਦੇਣਾ 17 ਦੇ ਵਿੱਚ, ਤੁਸੀਂ ਆਪਾਂ ਨਿੱਕੀਆਂ ਗੱਲਾਂ ਤੋਂ ਉੱਪਰ ਉੱਠ ਕੇ ਸਾਰਿਆਂ ਨੇ ਇੱਕ ਲਾਰਜਰ ਪਿਕਚਰ ਦੇਖ ਕੇ, ਲਾਰਜਰ ਗੋਲ ਦੇਖ ਕੇ, ਪੰਜਾਬ ਨੂੰ ਸੋਨੇ ਚਿੜੀਆਂ ਬਣਾਉਣਾ ਹੈ, ਹਿੰਦੁਸਤਾਨ ਦਾ ਜਿਹੜਾ ਸੁਪਨਾ ਆਪਾਂ ਉਹ ਪੂਰਾ ਕਰਨਾ ਹੈ, ਸ਼ਹੀਦ ਭਗਤ ਸਿੰਘ ਜੀ ਦੇ ਅਧੂਰੇ ਸੁਪਨੇ, ਲਾਲਾ ਲਾਜਪਤ ਰਾਏ ਜੀ ਦੇ ਅਧੂਰੇ ਸੁਪਨੇ, ਅਸ਼ਫਾਕ ਉੱਲਾ ਖਾਨ ਜੀ ਹੋਰਾਂ ਦੇ ਅਧੂਰੇ ਸੁਪਨੇ, ਉਹ ਸਾਰੇ ਜਿਹੜੇ ਜਿਨ੍ਹਾਂ ਨੇ ਇੱਥੇ, ਜਿਨ੍ਹਾਂ ਦਾ ਲਹੂ ਡੁੱਲਿਆ ਸੀ ਇੱਥੇ, ਉਹ ਇਸ ਕਰਕੇ ਨਹੀਂ ਡੁੱਲਿਆ ਸੀ ਕਿ ਇੱਥੇ ਬਾਦਲ, ਸੁਖਬੀਰ ਬਾਦਲ, ਹਰਸਿਮਰਤ ਬਾਦਲ, ਆਦੇਸ਼ ਕਹਿ ਰਹੇ ਹੋ, ਵਿਕਰਮ ਮਜੀਠੀਆ ਹੋਈ, ਇਹ ਸਾਰੇ ਰਾਜ ਕਰਨ, ਉਹ ਇਸ ਕਰਕੇ ਨਹੀਂ ਡੁੱਲਿਆ ਸੀ, ਉਹ ਇਸ ਕਰਕੇ ਡੁੱਲਿਆ ਸੀ ਕਿ ਆਮ ਆਦਮੀ ਦਾ ਰਾਜ ਆਵੇ ਤੇ ਆਪਾਂ ਉਹਨਾਂ ਦੇ ਅਧੂਰੇ ਸੁਪਨੇ ਪੂਰੇ ਕਰਨੇ ਆ। 17 ਦੇ ਵਿੱਚ ਆਪਾਂ ਪੰਜਾਬ ਨੂੰ ਝਾੜੂ ਇਨਕਲਾਬ ਲੈ ਕੇ ਆਉਣਾ। ਆਪ ਜੀ ਨਾਲ ਅਖੀਰ 'ਚ ਉਹ ਲਾਈਨਾਂ ਮੈਂ ਸਾਂਝੀਆਂ ਕਰਦਾ, ਮੇਰਾ ਬਹੁਤ ਵਿਚਾਰ ਸਾਂਝੇ ਕਰਨ ਨੂੰ ਮੇਰਾ ਜੀ ਕਰਦਾ, ਪਰ ਸਮਾਂ ਬਹੁਤ ਹੋ ਗਿਆ। ਆਪਾਂ ਸੰਜੇ ਸਿੰਘ ਜੀ ਨੂੰ ਸੁਣਨਾ ਹੈ, ਆਪਾਂ ਆਸ਼ੂਤੋਸ਼ ਜੀ ਨੂੰ ਸੁਣਨਾ ਹੈ। ਅੱਜ ਮੈਂ ਇਹ ਵੀ ਇੱਕ ਰਿਕੁਐਸਟ ਕਰੂੰਗਾ ਸੰਜੇ ਸਿੰਘ ਜੀ ਨੂੰ, ਉਹ ਬਹੁਤ ਹੀ ਕ੍ਰਾਂਤੀਕਾਰੀ ਸ਼ਾਇਰ ਵੀ ਹੈਗੇ ਆ, ਕ੍ਰਾਂਤੀਕਾਰੀ ਗੀਤ ਲਿਖਦੇ ਵੀ ਆ, ਸਾਨੂੰ ਵੀ ਉਹ ਕ੍ਰਾਂਤੀਕਾਰੀ ਗੀਤ ਗਾ ਗਾ ਕੇ ਵਾਲੰਟੀਅਰਸ ਨੂੰ ਸਾਨੂੰ ਉਤਸ਼ਾਹਿਤ ਕਰਦੇ ਆ। ਸੰਜੇ ਸਿੰਘ ਜੀ, ਤੁਸੀਂ ਅੱਜ ਕ੍ਰਾਂਤੀਕਾਰੀ ਗੀਤ ਵੀ ਜ਼ਰੂਰ ਸੁਣਾਉਣਾ ਹੈ ਸਾਡੇ ਕੋਲ, ਤੁਹਾਡੇ ਵਰਗੇ ਲੀਡਰ, ਤਾਂ ਕਿ ਸਾਰਿਆਂ ਨੂੰ ਪਤਾ ਲੱਗੇ ਕਿ ਕਿਵੇਂ, ਕਿਉਂਕਿ ਦੇਖੋ ਬਹੁਤ ਜ਼ਰੂਰੀ ਹੈ ਮੋਟੀਵੇਸ਼ਨ, ਮੋਟੀਵੇਸ਼ਨ ਤੋਂ ਬਗੈਰ ਲੜਾਈਆਂ ਨਹੀਂ ਲੜੀਆਂ ਜਾ ਸਕਦੀਆਂ। ਹੁਣ ਲਾਈਨਾਂ ਅਖੀਰ ਦੇ ਵਿੱਚ ਕਹਿ ਕੇ ਮੈਂ ਆਪ ਜੀ ਤੋਂ ਆਗਿਆ ਲੈਣਾ, ਜਿਹੜੀਆਂ ਰਾਮ ਪ੍ਰਸਾਦ ਬਿਸਪੀ ਜੀ ਨੇ ਲਿਖੀਆਂ ਸੀ, ਤੇ ਮੈਂ ਮੋਸਟਲੀ ਆਪਣੀ ਜਦੋਂ ਮੈਂ ਬੋਲਦਾ ਮੈਂ ਇਹ ਜ਼ਰੂਰ ਲਾਈਨਾਂ ਦੁਹਰਾਉਂਦਾ, ਕਿਉਂਕਿ ਇਹ ਲਾਈਨਾਂ ਮੈਨੂੰ ਬਚਪਨ ਤੋਂ ਹੀ ਬਹੁਤ ਟੱਚ ਕਰਦੀਆਂ, ਮੈਨੂੰ ਮੋਟੀਵੇਟ ਕਰਦੀਆਂ ਰਹੀਆਂ। ਮੈਂ ਆਪ ਜੀ ਦਾ ਸਾਂਝੀਆਂ ਕਰਦਾ, ਤੇ ਸ਼ਹੀਦ ਭਗਤ ਸਿੰਘ ਜੀ ਦੀਆਂ ਫੇਵਰੇਟ ਲਾਈਨਾਂ ਸੀ, ਤੇ ਮੈਂ ਤੁਹਾਨੂੰ ਇਹ ਵੀ ਗੱਲ ਦੱਸਾਂ ਕਿ
अरविंद केजरीवाल जी जो किसी अपना लीडर मानते हैं जी उन्होंने अपने कमरे च भी घर च भी किसी फोटो लाई है तो वह शहीद भगत सिंह वक्त आने पे बता देंगे तुझे है आसमां वक्त आने पे बता देंगे तुझे है आसमां हम अभी से क्या बताएं क्या हमारे दिल में है दिल में तूफानों की टोली और नसों में इंकलाब होश दुश्मन के उड़ा दे ये हमें रोको न आज दूर रह पाए जो हमसे दम कहां मंजिल में है सरफरोशी की तमन्ना अब हमारे दिल में है देखना है जोर कितना बाजुए का दिल में है उन्हें एक हो जाता है बड़ी याद है सच्ची गल है आज बहुत बड़ी गल है साडे वास्ते कि आज कनाडा दे विच अपने चार चार कैबिनेट मंत्री बने हैं ते आज डिफेंस मिनिस्टर भी कनाडा दे विच अपने पंजाब जोर शोर ना दोनों हाथ उपर चुके नारा लायो ते अपने आप जोश दिखाना है कि अपने च किन्ना जोश आ आम आदमी जिंदाबाद आम आदमी जिंदाबाद